ਸਤਿ ਸ਼੍ਰੀ ਅਕਾਲ ਜੀ, ਵੈਲਕਮ। ਅੱਜ ਤੁਹਾਡਾ ਮੇਰੇ ਚੈਨਲ ਬੀ ਸਟਾਈਲਿਸ਼ ਦੀ, ਅਤੇ ਅੱਜ ਆਪਾਂ ਫਿਰ ਤੁਹਾਡੇ ਨਾਲ ਬਹੁਤ ਹੀ ਡਿਫਰੈਂਟ ਤਰ੍ਹਾਂ ਦੇ ਡਿਜ਼ਾਈਨ ਐਕਚੁਲੀ ਲੈ ਕੇ ਆਏ ਹਾਂ। ਸੋ ਹਲਕੇ ਵੀ ਹੈ, ਹੈਵੀ ਵੀ ਹੈ, ਔਰ ਤੁਸੀਂ ਇਹਨਾਂ ਨੂੰ ਜਿਵੇਂ ਵੀ ਤੁਹਾਡੀ ਚੋਇਸ ਹੈ, ਜਿਵੇਂ ਤੁਸੀਂ ਫੰਕਸ਼ਨ ਲਈ ਬਣਾਉਣਾ ਚਾਹੁੰਦੇ ਹੋ, ਡੇਲੀ ਵੇਅਰ ਲਈ ਬਣਾਉਣਾ ਚਾਹੁੰਦੇ ਹੋ, ਸੋ ਤੁਸੀਂ ਉਸ ਤਰ੍ਹਾਂ ਜਿਹੜੇ ਸੂਟਸ ਹੈਗੇ ਆ ਉਹ ਬਣਾ ਸਕਦੇ ਹੋ। ਜਿਵੇਂ ਕਿ ਇਹ ਹੈਗਾ ਜੀ, ਪ੍ਰਿੰਟਡ ਕੈਮਰੇ ਕੋਟਨ 'ਤੇ ਹੈ। ਵੈਸੇ ਅਸੀਂ ਪ੍ਰਿੰਟ ਸ਼ੋ ਨਹੀਂ ਕਰਦੇ ਕਿਉਂਕਿ ਸਿਮਿਲਰ ਜਿਹੜਾ ਪ੍ਰਿੰਟ ਹੁੰਦਾ ਫਿਰ ਮਿਲਦਾ ਨਹੀਂ ਹੈਗਾ। ਇਹ ਜਿਵੇਂ ਇਸ ਤਰ੍ਹਾਂ ਅਸੀਂ ਇਹਦੀ ਗਲੇ ਦੀ ਡਿਜ਼ਾਇਨਿੰਗ ਦਿੱਤੀ ਹੈ। ਪ੍ਰਿੰਟਡ ਸ਼ਰਟ ਹੈਗਾ ਜੀ, ਬਾਜੂ 'ਤੇ ਸਿੰਪਲ ਅਸੀਂ ਲੇਸ ਪਾਈਪਿੰਗ ਦਿੱਤੀ ਹੋਈ ਹੈ। ਸੋ ਇਹਦੇ ਬੋਟਮ 'ਤੇ ਇਸ ਤਰ੍ਹਾਂ ਵਰਕ ਕੀਤਾ ਹੋਇਆ। ਇਹ ਬਹੁਤ ਹੀ ਪਿਆਰਾ ਜਿਵੇਂ ਬਣਦਾ ਹੈਗਾ। ਅਗਰ ਤੁਸੀਂ ਇਸ ਤਰ੍ਹਾਂ ਪ੍ਰਿੰਟਡ ਸੂਟਸ ਆ ਜਿਹੜੇ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੈਸੇ ਸਾਨੂੰ ਜਿਹੜਾ ਆਈਡੀਆ ਦੇ ਸਕਦੇ ਹੋ ਕਿ ਸਾਨੂੰ ਇਸ ਰੇਂਜ ਦੇ ਵਿੱਚ ਜਿਹੜਾ ਪ੍ਰਿੰਟਡ ਸੂਟ ਚਾਹੀਦਾ ਹੈਗਾ ਇਸ ਤਰ੍ਹਾਂ ਵਰਕ ਕਰਕੇ। ਸੋ ਇਸ ਤਰ੍ਹਾਂ ਅਸੀਂ ਬੋਟਮ ਦੇ ਉੱਪਰ ਵਰਕ ਕੀਤਾ ਹੈਗਾ ਜੀ। ਇਹ ਬਿਲਕੁਲ ਕੈਮਰੇ ਕੋਟਨ ਔਰ ਮਸਲੀਨ ਦੀ ਨਾਲ ਬੋਟਮ ਹੈਗੀ ਹੈ। ਸੋ ਇਹ ਲੇਡੀ ਲੁੱਕ 'ਚ ਡਿਜ਼ਾਇਨ ਹੈਗਾ, ਬਹੁਤ ਹੀ ਪਿਆਰਾ ਸੋਬਰ ਸਲੀਕ 'ਚ। ਸੋ ਤੁਸੀਂ ਇਹ ਇਸ ਤਰ੍ਹਾਂ ਅਸੀਂ ਸ਼ਰਟ ਨਾਲ ਦੇ ਜਿਹੜੇ ਕਲਰ ਦਿੱਤੇ ਹੋਏ ਇਹਦੇ ਵਿੱਚ, ਸੋ ਬਹੁਤ ਹੀ ਪਿਆਰਾ ਇਹ ਡਿਫਰੈਂਟ ਜਿਹਾ ਸਟਾਈਲ ਜਿਹਾ ਕੰਸੈਪਟ ਬਣਿਆ ਹੈਗਾ। ਸੋ ਤੁਸੀਂ ਇਸ ਤਰ੍ਹਾਂ ਵੀ ਸੂਟ ਰੈਡੀ ਕਰਾ ਸਕਦੇ ਹੋ, ਪਲੀਜ਼ ਸਿਮਿਲਰ ਪ੍ਰਿੰਟ ਆ ਜਿਹੜਾ ਨਹੀਂ ਮਿਲੂਗਾ। ਸੋ ਇਹ ਹੈਗਾ ਜੀ, ਨੈਕਸ ਚਾਰਜਰ ਦੇ ਉੱਪਰ ਬਣਿਆ ਹੋਇਆ ਇਹ ਗ੍ਰੀਨ ਗ੍ਰੇਸ਼ ਜਾਂ ਸ਼ੇਡ ਹੈਗਾ। ਸੋ ਇਹਦੇ 'ਤੇ ਔਰਗੈਂਜ਼ਾ ਕੱਟ ਕੇ ਵਰਕ ਕੀਤਾ ਹੋਇਆ, ਨੀਚੇ ਅਸੀਂ ਲੇਸ ਦਿੱਤੀ ਹੋਈ ਹੈ। ਸੋ ਜਦੋਂ ਤੁਸੀਂ ਕਾਫੀ ਜਿਵੇਂ ਆਪਾਂ ਡਿਫਰੈਂਟ ਤਰ੍ਹਾਂ ਦੇ ਜਿਹੜੀ ਐਮਬਰਾਇਡਰੀ ਟਰਾਈ ਕਰਦੇ ਹਾਂ, ਸੋ ਉਹ ਓਬਵੀਅਸਲੀ ਹੈ ਜਿਹੜੀ ਉਹ ਬਹੁਤ ਹੀ ਸੋਹਣਾ ਜਿਹੜਾ ਬਣ ਕੇ ਆਉਂਦਾ। ਜਿਵੇਂ ਇਹਦੇ ਵਿੱਚ ਅਸੀਂ ਔਰਗੈਂਜ਼ਾ ਕੱਟ ਕੇ ਲਗਾਇਆ, ਨੀਚੇ ਲੇਸ ਕੱਟ ਕੇ ਦਿੱਤੀ ਹੋਈ ਹੈ। ਸੋ ਉਹਦੇ ਨਾਲ ਜਿਹੜੀ ਇਹਦੀ ਕ੍ਰੀਸ ਹੈਗੀ ਹੈ ਬਹੁਤ ਹੀ ਡਿਫਰੈਂਟ ਜੀ ਆਈ ਹੈ। ਇਸ ਤਰ੍ਹਾਂ ਦੇ ਬਾਜੂ 'ਤੇ ਵੀ ਸੇਮ ਅਸੀਂ ਇਸੇ ਤਰ੍ਹਾਂ ਹੀ ਦਿੱਤਾ ਹੋਇਆ। ਬੋਟਮ 'ਤੇ ਚੋਇਸ ਹੈ ਜੀ, ਜੋ ਵੀ ਪ੍ਰਾਈਜ਼ ਅਸੀਂ ਵਿਦਾਊਟ ਬੋਟਮ ਦੱਸਦੇ ਹੈਗੇ ਹਾਂ ਤੁਹਾਨੂੰ। ਅਗਰ ਕਿਸੇ ਨੇ ਬੋਟਮ 'ਤੇ ਕਰਵਾਉਣਾ ਹੁੰਦਾ ਤਾਂ ਉਹ ਜਿਹੜਾ ਤੁਸੀਂ ਆਪਣਾ ਮੈਨਸ਼ਨ ਕਰਦਿਆ ਕਰੋ, ਉਹਦੇ ਪ੍ਰਾਈਜ਼ ਆ ਜਿਹੜੇ ਅਲੱਗ ਹੋਣਗੇ। ਸੋ ਇਹਦੇ ਨਾਲ ਟਾਈ ਡਾਈ ਦੁਪੱਟਾ ਔਰ ਲੇਸ ਦਿੱਤੀ ਹੋਈ ਹੈ। ਦੁਪੱਟਾ ਵੀ ਆਪਾਂ ਮੈਨਸ਼ਨ ਤੁਹਾਨੂੰ ਕਰਦੇ ਹਾਂ, ਜਦੋਂ ਪ੍ਰਾਈਜ਼ ਦੱਸਦੇ ਹਾਂ ਕਿ ਸੁਪਰ ਨੈਟ ਦਾ ਜਾਂ ਜਨੌਨ ਦਾ। ਸੋ ਇਹਦੇ ਨਾਲ ਜਨੌਨ ਦਾ ਹੈਗਾ, ਅਗਰ ਤੁਸੀਂ ਸੁਪਰ ਨੈਟ ਕਰਾਉਂਗੇ ਤਾਂ ਚਾਰਜਿਸ ਆ ਜਿਹੜੇ ਡਿਫਰੈਂਟ ਹੋ ਜਾਣਗੇ। ਔਰ ਇਹ ਹੈਗਾ ਜੀ ਸਕਾਈ ਸ਼ੇਡ ਦੇ ਵਿੱਚ ਪਾਰਟੀ ਵੇਅਰ ਸੂਟ। ਸੋ ਇਹ ਘੇਰੇ ਦੀ ਐਮਬਰਾਇਡਰੀ ਹੈਗੀ ਹੈ, ਬਹੁਤ ਹੀ ਪਿਆਰਾ ਡਿਜ਼ਾਇਨ ਹੈ। ਇਸ ਤਰ੍ਹਾਂ ਘੇਰੇ 'ਤੇ ਫਲਾਰ ਆਉਂਦਾ ਹੈਗਾ ਸੈਂਟਰ ਦੇ ਵਿੱਚ। ਔਰ ਬਾਜੂ 'ਤੇ ਇਹਨਾਂ ਇਸ ਤਰ੍ਹਾਂ ਦੀ ਵਰਕ ਹੈਗਾ, ਹੈਵੀ ਕੱਟ ਵਰਕ ਵਿਦ ਬੂਟੀ ਦਿੱਤੀ ਹੋਈ ਹੈ। ਔਰ ਇਹਦੀ ਜਿਹੜਾ ਦੁਪੱਟਾ ਹੈਗਾ ਜੀ, ਉਹਦੀ ਡਿਫਰੈਂਟ ਜਿਹੜੀ ਕ੍ਰੀਸ ਹੈਗੀ ਹੈ, ਇਸ ਤਰ੍ਹਾਂ ਫੋਰ ਸਾਈਡ ਕੱਟ ਵਰਕ ਹੈਗਾ ਜੀ, ਔਰ ਇਸ ਤਰ੍ਹਾਂ ਵਿੱਚ ਹੈ ਜਿਹੜਾ ਫਲਾਰ ਦਿੱਤੀ ਹੋਈ ਹੈ। ਸੋ ਇਸ ਤਰ੍ਹਾਂ ਫਲਾਰ ਹੈ ਵਿੱਚ ਬੂਟੀ ਹੈ, ਬਹੁਤ ਹੀ ਹੈਵੀ ਜਿਹੜਾ ਪਾਰਟੀ ਵੇਅਰ ਸੂਟ ਬਣਦਾ ਹੈਗਾ। ਸਾਈਜ਼ 'ਤੇ ਫੋਰ ਸਾਈਡ ਸਿੰਪਲ ਕੱਟ ਵਰਕ ਹੈ। ਸੋ ਤੁਸੀਂ ਇਹ ਸਿੰਗਲ ਟਾਂਕੇ ਦੇ ਵਿੱਚ ਹੈ ਜੀ, ਕਾਫੀ ਸ਼ੇਡ ਲੱਗ ਕੇ ਜਿਵੇਂ ਇਹ ਵਰਕ ਹੁੰਦਾ ਹੈਗਾ। ਸੋ ਇਹਦੇ ਨਾਲ ਜਿਹੜਾ ਆਪਾਂ ਸਿੰਗਲ ਟਾਂਕੇ ਦੀ ਐਮਬਰਾਇਡਰੀ ਕਰਦੇ ਹਾਂ ਤਾਂ ਕਾਫੀ ਜਿਹੜੀ ਟਾਈਮਿੰਗ ਲੱਗਦੀ ਹੈ। ਸੋ ਉਸ ਤਰ੍ਹਾਂ ਜਿਹੜਾ ਸੂਟ ਦੇ ਜਿਵੇਂ ਵੀ ਵਰਕ ਹੁੰਦਾ ਜੀ, ਉਹਦੀ ਉਸ ਤਰ੍ਹਾਂ ਦੀ ਪ੍ਰਾਈਸ ਹੋ ਜਾਂਦੀ ਹੈ। ਸਾਰਾ ਸਿੰਗਲ ਟਾਂਕੇ ਦਾ ਵਰਕ ਹੈ ਜੀ, ਇੱਕ ਪੱਤੀ ਹੈ ਜਿਹੜੀ ਸਿੰਗਲ ਟਾਂਕੇ ਦੀ ਹੈ। ਸੋ ਜਿਨ੍ਹਾਂ ਨੇ ਵਰਕ ਕਰਵਾਏ ਹੋਏ ਉਹਨਾਂ ਨੂੰ ਪਤਾ ਇੱਕ ਸਿੰਗਲ ਟਾਂਕੇ 'ਤੇ ਬਹੁਤ ਜ਼ਿਆਦਾ ਜਿਹੜੀ ਮਿਹਨਤ ਹੁੰਦੀ ਹੈ। ਸੋ ਤੁਸੀਂ ਜਿਹੜਾ ਸ਼ੇਡ ਵਰਕ ਹੁੰਦਾ ਉਹ ਥੋੜ੍ਹਾ ਟਾਈਮਿੰਗ ਘੱਟ ਲੱਗਦੀ ਹੈ, ਸਿੰਗਲ ਟਾਂਕੇ 'ਤੇ ਜ਼ਿਆਦਾ ਲੱਗਦੀ ਹੈਗੀ ਹੈ। ਸੋ ਉਸ ਤਰ੍ਹਾਂ ਫਿਰ ਅਸੀਂ ਪ੍ਰਾਈਜ਼ ਹੈ ਜਿਹੜੀ ਡਿਫਰੈਂਟ ਡਿਫਰੈਂਟ ਹੋ ਜਾਂਦੀ ਹੈ। ਸੋ ਇਸੇ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਨਵੀਂ ਨਵੀਂ ਕਲੈਕਸ਼ਨ ਸ਼ੇਅਰ ਕਰਦੇ ਰਹਾਂਗੇ। ਸੋ ਅਗਰ ਤੁਸੀਂ ਇੰਸਟਾ 'ਤੇ ਫੋਲੋ ਕਰਦੇ ਹੋ ਤਾਂ ਡੇਲੀ ਅਪਡੇਟਸ ਹੈ ਜਿਹੜੀ ਇੰਸਟਾ 'ਤੇ ਵੀ ਦੇਖ ਸਕਦੇ ਹੋ। ਆਈਡੀ ਇੰਸਟਾ ਦੀ ਆਈਡੀ ਹੈ ਜਿਹੜੀ ਆਪਣੀ ਡਿਸਕ੍ਰਿਪਸ਼ਨ ਬੋਕਸ ਦੇ ਵਿੱਚ ਹੋਊਗੀ। ਸੋ ਉੱਥੇ ਜਾ ਕੇ ਤੁਸੀਂ ਇੰਸਟਾ ਨੂੰ ਵੀ ਫੋਲੋ ਕਰ ਸਕਦੇ ਹੋ। ਅਗਰ ਤੁਹਾਡੇ ਕੋਲ ਵੀਡੀਓ ਦੇਖਣ ਲਈ ਟਾਈਮ ਨਹੀਂ ਹੈਗਾ ਤਾਂ ਤੁਸੀਂ ਉੱਥੇ ਵੀ ਆਪਾਂ ਸੂਟਸ ਆ ਜਿਹੜੇ ਅਪਲੋਡ ਕਰਦੇ ਹੈਗੇ ਹਾਂ। ਸੋ ਉੱਥੇ ਜਾ ਕੇ ਫੋਲੋ ਕਰ ਸਕਦੇ ਹੋ। ਸੋ ਇਸੇ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਨਵੀਂ ਨਵੀਂ ਡਿਜ਼ਾਇਨਿੰਗ ਆ ਜਿਹੜੀ ਸ਼ੇਅਰ ਕਰਦੇ ਰਹਾਂਗੇ। ਸੋ ਬਣੇ ਰਹੇ ਚੈਨਲ ਬੀ ਸਟਾਈਲਿਸ਼ 'ਤੇ। ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ, ਥੈਂਕ ਯੂ ਸੋ ਮਚ।